Dear students, final date sheet from classes, all board classes from 5th to 12th. The date sheet of all board classes has been published by Punjab School Education Board for your final exams that will held in month of March 2024. So first of all, let us see the date sheet of 5th class. The exams of 5th class will start from 7th of March 2024 and it will continue till 14th of March 2024. So pyare vidyarthiyo, jo a paper hoega March month de vich hoega, jis da ke time 10 baje, svere 10 baje to 3 ghante da paper hoega, 1 baje tak hoega, jis vich 15 mint tuhanu paper ਰੀਡ ਕਰਨ ਲਈ ਮਿਲ ਦਿੱਤਾ ਜਾਏਗਾ। ਤਾਂ ਪਹਿਲਾ ਪੇਪਰ ਜਿਹੜਾ ਹੈ ਉਹ ਤੁਹਾਡਾ ਇੰਗਲਿਸ਼ ਦਾ ਹੈ ਜੋ ਕਿ 7th ਆਫ ਮਾਰਚ ਨੂੰ ਹੈ। 11th ਨੂੰ ਤੁਹਾਡਾ ਮੈਥ ਦਾ ਪੇਪਰ ਹੈ। ਉਸ ਤੋਂ ਬਾਅਦ ਪਿਆਰੇ ਵਿਦਿਆਰਥੀਓ 12 ਤਰੀਕ ਨੂੰ ਤੁਹਾਡਾ ਪੰਜਾਬੀ, ਹਿੰਦੀ ਜਾਂ ਫਿਰ ਉਰਦੂ ਜੋ ਕਿ ਪਹਿਲੀ ਭਾਸ਼ਾ ਹੋਏਗੀ ਉਸਦਾ ਪੇਪਰ ਹੋਏਗਾ। 13 ਤਰੀਕ ਨੂੰ ਬੱਚੋ ਵਾਤਾਵਰਨ, ਉਸ ਤੋਂ ਬਾਅਦ 14 ਤਰੀਕ ਨੂੰ ਪੇਪਰ ਪੰਜਾਬੀ, ਹਿੰਦੀ ਜਾਂ ਫਿਰ ਉਰਦੂ, ਯਾਨੀ ਕਿ ਇਹਦੇ ਵਿੱਚ ਹਿੰਦੀ ਦਾ ਮੋਸਟ ਪ੍ਰੋਬਬਲੀ ਪੇਪਰ ਜਿਹੜਾ ਹੋਏਗਾ। ਸੋ ਹੁਣ ਅਸੀਂ 8th ਕਲਾਸ ਦੀ ਡੇਟ ਸ਼ੀਟ ਜਿਹੜੀ ਆ ਉਹ ਦੇਖਣ ਜਾ ਰਹੇ ਹਾਂ। 8th ਕਲਾਸ ਦੀ ਡੇਟ ਸ਼ੀਟ ਇਸ ਤਰ੍ਹਾਂ ਹੈ ਕਿ ਤੁਹਾਡਾ ਪੇਪਰ ਵਿੱਚੋਂ ਇਹ ਵੀ ਮਾਰਚ ਮੰਥ ਦੇ ਵਿੱਚ ਹੀ ਸਟਾਰਟ ਹੋਣਗੇ ਤੇ ਪ੍ਰੀਖਿਆ ਦਾ ਸਮਾਂ ਜਿਹੜਾ ਹੈ ਉਹ 11 ਵਜੇ ਦਾ ਹੋਏਗਾ। 11 ਵਜੇ ਦਾ ਮਤਲਬ ਹੈ 3 ਘੰਟੇ ਤੁਸੀਂ ਪੇਪਰ ਦੇਣਾ ਹੈ। 15 ਮਿੰਟ ਤੁਹਾਨੂੰ ਵਾਧੂ ਜਿਹੜੇ ਆ ਉਹ ਦਿੱਤੇ ਜਾਣਗੇ, ਠੀਕ ਹੈ। 15 ਮਿੰਟ ਵਾਧੂ ਦਿੱਤੇ ਜਾਣਗੇ ਪ੍ਰਸ਼ਨ ਪੜ੍ਹਨ ਲਈ। ਤੋ ਡੇਟ ਸ਼ੀਟ ਬੱਚੋ ਕੁਛ ਇਸ ਤਰੀਕੇ ਨਾਲ ਹੈ। 7 ਤਰੀਕ ਨੂੰ ਹੀ ਤੁਹਾਡੇ ਪੇਪਰ ਸ਼ੁਰੂ ਹੋਣੇ ਹਨ, ਓਕੇ। 7 ਤਰੀਕ ਨੂੰ ਸ਼ੁਰੂ ਹੁੰਦੇ ਹੋਏ ਪਹਿਲਾ ਪੇਪਰ ਸਮਾਜਿਕ ਵਿਗਿਆਨ ਦਾ ਹੋਏਗਾ, SST ਦਾ। ਦੂਸਰਾ ਪੇਪਰ 11 ਤਰੀਕ ਨੂੰ, ਮੋਸਟ ਡਿਫੀਕਲਟ ਕਹਿ ਲਓ, ਇੰਪੋਰਟੈਂਟ ਕਹਿ ਲਓ ਗਣਿਤ ਦਾ, ਇਹਨੂੰ ਚੰਗੀ ਤਰ੍ਹਾਂ ਬੱਚੋ ਨੋਟ ਕਰ ਲਓ। 12 ਤਰੀਕ ਨੂੰ ਪੇਪਰ ਤੁਹਾਡਾ ਪਹਿਲੀ ਭਾਸ਼ਾ ਦਾ ਹੋਏਗਾ, ਠੀਕ ਹੈ। ਉਸ ਤੋਂ ਬਾਅਦ 15 ਮਾਰਚ ਨੂੰ ਜਿਹੜਾ ਪੇਪਰ ਹੈ ਉਹ ਇੰਗਲਿਸ਼ ਦਾ ਹੋਏਗਾ। ਫਿਰ 16 ਮਾਰਚ ਨੂੰ ਬੱਚੋ ਦੂਜੀ ਭਾਸ਼ਾ ਹਿੰਦੀ ਜਾਂ ਫਿਰ ਜੋ ਵੀ ਤੁਸੀਂ ਰੱਖਿਆ ਹੋਏਗਾ। 18 ਤਰੀਕ ਨੂੰ ਬੱਚੋ ਫਿਰ ਵਿਗਿਆਨ ਦਾ ਪੇਪਰ ਹੈ, ਠੀਕ ਹੈ, ਦਿਨ ਨਾਲ ਦਿੱਤੇ ਹੋਏ ਨੇ। 20 ਤਰੀਕ ਨੂੰ ਬੱਚੋ ਕੰਪਿਊਟਰ ਸਾਇੰਸ ਦਾ ਪੇਪਰ ਹੈ ਤੇ 21 ਤਰੀਕ ਨੂੰ ਤੁਹਾਡਾ ਪੇਪਰ ਹੋਏਗਾ ਸਿਹਤ ਅਤੇ ਸਰੀਰਕ ਸਿੱਖਿਆ ਦਾ, ਓਕੇ ਜੀ। ਤੋ ਇਸ ਡੇਟ ਸ਼ੀਟ ਨੂੰ ਸਭ ਤੋਂ ਪਹਿਲਾਂ ਨੋਟ ਕਰ ਲਓ। ਸਮਾਂ ਅਗੇਨ 11 ਵਜੇ ਤੋਂ 2:15 ਤੱਕ, 15 ਮਿੰਟ ਤੁਹਾਨੂੰ ਵਾਧੂ ਦਿੱਤੇ ਜਾਣਗੇ ਜਿਸ ਵਿੱਚ ਤੁਸੀਂ ਕੁਐਸਚਨ ਪੇਪਰ ਪੜ੍ਹਨਾ ਹੈ। ਤੇ 27 ਤਰੀਕ ਨੂੰ ਲਾਸਟ ਵਿੱਚ ਚੋਣਵਾਂ ਵਿਸ਼ਾ, ਠੀਕ ਹੈ, ਉਹ ਹੋਏਗਾ। ਪਿਆਰੇ ਵਿਦਿਆਰਥੀਓ ਦਾ ਸਮਾਂ ਨਾਲ ਨਾਲ ਹੀ ਦਿੱਤਾ ਹੋਇਆ ਹੈ, ਜੋ ਵੀ ਤੁਹਾਡਾ ਚੋਣਵਾਂ ਵਿਸ਼ਾ ਹੈ ਉਹਦਾ ਪੇਪਰ ਜਿਹੜਾ ਹੈ ਉਹ ਤੁਹਾਡਾ ਹੋਏਗਾ, ਠੀਕ ਹੈ। ਤੋ ਇਹਦੇ ਵਿੱਚ ਡਰਾਇੰਗ ਜ਼ਿਆਦਾਤਰ, ਚਿੱਤਰਕਲਾ ਹੀ ਬੱਚੇ ਜ਼ਿਆਦਾਤਰ ਰੱਖਦੇ ਨੇ ਜਾਂ ਖੇਤੀਬਾੜੀ। ਤੇ ਵਿਦਿਆਰਥੀਓ ਪ੍ਰਯੋਗੀ ਪ੍ਰੀਖਿਆ 28 ਮਾਰਚ ਤੋਂ 3 ਅਪ੍ਰੈਲ 2024 ਤੱਕ ਸਕੂਲ ਪੱਧਰ ਤੇ ਹੀ ਹੋਣੀ ਹੈ। ਤੇ ਪਿਆਰੇ ਵਿਦਿਆਰਥੀਓ ਇਸ ਵਾਰ ਤੁਹਾਡਾ ਵੈਲਕਮ ਲਾਈਫ ਦਾ ਪੇਪਰ ਜਿਹੜਾ ਉਹ ਨਹੀਂ ਹੋ ਰਿਹਾ ਹੈ, ਉਸਦੀ ਸਿਰਫ ਗ੍ਰੇਡਿੰਗ ਹੋਏਗੀ। ਤੋ ਵਿਦਿਆਰਥੀਓ ਆਲ ਦੀ ਵੈਰੀ ਬੈਸਟ। ਇਹਦਾ ਮਤਲਬ ਤੁਹਾਨੂੰ ਹੁਣ ਜਨਵਰੀ ਔਰ ਫੈਬਰੇਰੀ, ਠੀਕ ਹੈ, ਦੋ ਮੰਥ ਜਿਹੜੇ ਨੇ ਉਹ ਪ੍ਰੈਪਰੇਸ਼ਨ ਲਈ ਮਿਲ ਚੁੱਕੇ ਹਨ। ਤੋ ਅਕੋਰਡਿੰਗਲੀ ਬੱਚੋ ਹੁਣ ਤੁਸੀਂ ਤਿਆਰੀ ਕਰਨੀ ਹੈ। ਤੇ ਸਾਰੇ ਵਿਦਿਆਰਥੀਆਂ ਨੂੰ ਆਲ ਦੀ ਵੈਰੀ ਬੈਸਟ। ਤੇ 10th ਕਲਾਸ ਦੀ ਡੇਟ ਸ਼ੀਟ ਜਿਹੜੀ ਆ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੀ ਆ ਦਿਖਾਉਣ ਜਾ ਰਹੇ ਹਾਂ। ਥੈਂਕ ਯੂ ਵੈਰੀ ਮੱਚ, ਆਲ ਦੀ ਵੈਰੀ ਬੈਸਟ।